ਬਿਜਲੀ ਬਿੱਲ ਵੀ ਹੈ, ਸੂਈ ਗੈਸ ਦੇ ਬਿੱਲ ਵੀ ਹੈ, ਦੁਕਾਨਾਂ ਦੇ ਕਿਰਾਇਆ, ਮਜ਼ਦੂਰਾਂ ਦੇ ਖਰਚਾ, ਜੇ ਉਹ ਸਾਰਾ ਕਰਕੇ ਜਿਹੜੀ ਚੀਜ਼ ਆਟੇ ਨਾਲ ਸਸਤਾ ਇੱਕ ਸਿਰਫ 200-300 ਰੁਪਏ ਹੋਇਆ, ਬਾਕੀ ਚੀਜ਼ ਕੋਈ ਵੀ ਸਸਤੀ ਨਹੀਂ ਹੋਈ, ਨਾ ਮੈਦਾ ਸਸਤਾ ਵਾਲੇ, ਨਾ ਦੁਕਾਨ ਦੇ ਕਿਰਾਇਆ 50-50 ਹਜ਼ਾਰ 60 ਹਜ਼ਾਰ ਰੁਪਏ ਦੁਕਾਨ ਦਾ ਕਿਰਾਇਆ, ਕਿੰਨਾ ਕੁ ਪੈਸਾ ਕਮਾ ਰਹੇ ਹੈਗੇ, ਸਾਡਾ ਆਪਣੇ ਖਰਚੇ ਪੂਰੇ ਨਹੀਂ ਹੋ ਰਹੇ ਹੈਗੇ। ਰੋਜ਼ਿਆਂ ਵਿੱਚ ਸਾਨੂੰ ਮਿਲਦਾ ਰਿਹਾ ਜਨਾਬ 74-75 ਸੌ ਰੁਪਈਆ, ਹੁਣ ਸਾਨੂੰ 7,071 ਸੌ ਰੁਪਇਆ ਮਿਲਦਾ ਪਿਆ ਹੈਗਾ, ਮੈਂ ਗੱਟੂ ਵਿੱਚ 300 ਰੁਪਇਆ ਘੱਟ ਹੋਇਆ ਹੈਗਾ, ਉਹਦੇ 'ਚ ਅਸੀਂ ਕਿਹੜੀ ਕਿਹੜੀ ਚੀਜ਼ ਬੱਚਤ ਕਰਾਂਗੇ, ਹਰ ਚੀਜ਼ ਦੇ ਰੇਟ ਤਾਂ ਵੱਧਦੇ ਜਾਂਦੇ ਹੈਗੇ ਨਾ, ਕੋਈ ਚੀਜ਼ ਘੱਟ ਨਹੀਂ ਹੋਈ ਨਾ, ਸਾਡੇ ਵੱਡੇ ਢਿੱਡਾਂ 'ਤੇ ਬੈਠੇ ਜਿਹਨਾਂ ਦੇ ਖਰਚੇ ਪੂਰੇ ਨਹੀਂ ਹੁੰਦੇ ਹੈਗੇ, ਅਸੀਂ ਗਰੀਬ ਆਦਮੀ ਰੋਜ਼ੀ ਤਾਜ਼ੀ ਕਮਾਉਂਦੇ, ਸਾਨੂੰ ਤਾਂ ਕੀ ਬਚਦਾ ਹੈਗਾ। ਬੋਲ ਵਚਨ ਕੀ ਵੀਡੀਓਜ਼ ਕੋ ਦੇਖਨੇ ਕੇ ਲੀਏ ਚੈਨਲ ਕੋ ਸਬਸਕ੍ਰਾਈਬ ਕਰੇਂ ਔਰ ਬੈਲ ਆਈਕਨ ਕੋ ਪ੍ਰੈਸ ਕਰ ਦੇਂ। اسلام علیکم ناظرین، دلزیب آکاش اپنی خدمت میں حاضر ہے اور آپ دیکھ رہے ہیں بول وطن۔ ناظرین، حکومت کی جانب سے نان روٹی کی قیمت میں کمی کی گئی تھی، روٹی جو ہے وہ 15 روپے اور نان جو ہے 20 روپے کا ریٹ مقرر کیا گیا تھا، نوٹیفیکیشن بھی جاری ہوتا، تاحال آج 3 دن گزر چکے ہیں، نہ تو روٹی کی قیمت کم ہوئی ہے اور نہ ہی نان کی قیمت کم ہوئی ہے۔ روٹی جو ہے وہ اس وقت مارکیٹ میں جو ہے 15 سے لے کے 25 روپے کے درمیان میں فروخت کی جا رہی ہے، اور جو نان ہے وہ 25 سے لے کے 30-40 یہاں تک کے 60 روپے فروخت کیا جا رہا ہے۔ ہمارے ساتھ اس وقت جو ہے آل ملتان نان ایسوسی ایشن کے نائب صدر استاد منظور صاحب موجود ہیں۔ منظور صاحب، کیا کہیں گے، نان کی قیمت جو ہے وہ برقرار ہے، وہی 30-40-60 روپے میں نان بک رہا ہے، اور روٹی بھی بہت زیادہ مہنگی ہے، آپ لوگ کیا کر رہے ہیں اس وقت یہ تمام ریٹس کے بارے میں؟ تمہارے سامنے بل پہ ہے نا، ਬਿਜਲੀ ਬਿੱਲ ਵੀ ਹੈ, ਸੂਈ ਗੈਸ ਦੇ ਬਿੱਲ ਵੀ ਹੈ, ਦੁਕਾਨਾਂ ਦੇ ਕਿਰਾਇਆ, ਮਜ਼ਦੂਰਾਂ ਦੇ ਖਰਚਾ, ਜੇ ਉਹ ਸਾਰਾ ਕਰਕੇ ਜਿਹੜੀ ਚੀਜ਼ ਆਟੇ ਨਾਲ ਸਸਤਾ ਇੱਕ ਸਿਰਫ 200-300 ਰੁਪਏ ਹੋਇਆ, ਬਾਕੀ ਚੀਜ਼ ਕੋਈ ਵੀ ਸਸਤੀ ਨਹੀਂ ਹੋਈ, ਨਾ ਮੈਦਾ ਸਸਤਾ ਵਾਲੇ, ਨਾ ਹੋਇਆ ਭਾਅ ਜੀ, ਮੇਰੇ ਕੋਲ ਬਿੱਲ ਪਿਆ ਸਾਰਾ ਹੀ, ਤੁਹਾਨੂੰ ਮੈਂ ਦਿਖਾ ਸਕਦਾ, ਬਿਜਲੀ ਦੇ ਬਿੱਲ ਵੀ ਪਏ, ਗੈਸ ਦੇ ਬਿੱਲ ਵੀ ਪਏ, ਨਾ ਦੁਕਾਨ ਦੇ ਕਿਰਾਇਆ 50-50 ਹਜ਼ਾਰ 60 ਹਜ਼ਾਰ ਰੁਪਇਆ ਦੁਕਾਨ ਦਾ ਕਿਰਾਇਆ, ਮਜ਼ਦੂਰਾਂ ਦਿਹਾੜੀ 12-12 ਸੌ 15-15 ਸੌ ਰੁਪਏ ਦਿਹਾੜੀ ਹੈਗੀ ਹੈ, ਅਸੀਂ ਇਸ 300 ਦੇ ਵਿੱਚੋਂ ਕਿੰਨਾ ਕੁ ਪੈਸਾ ਕਮਾ ਲੈਂਦੇ ਹੈਗੇ, ਸਾਡਾ ਆਪਣੇ ਖਰਚੇ ਪੂਰੇ ਨਹੀਂ ਹੋ ਰਹੇ ਹੈਗੇ, ਗੌਰਮੈਂਟ ਕਹਿੰਦੀ ਵੀ ਇੰਨਾ ਕੰਮ ਕਰੋ, ਅਸੀਂ ਕਿੱਥੋਂ ਘੱਟ ਕਰ ਲਈਏ, ਗੌਰਮੈਂਟ ਸਾਨੂੰ ਕੋਈ ਚੀਜ਼ ਸਬਸਿਡੀ ਦੇਵੇ ਨਾ, ਮੈਦੇ 'ਚੋਂ ਦੇਵੇ, ਆਟੇ 'ਚੋਂ ਦੇਵੇ, ਗੈਸ ਦੇ ਬਿੱਲ ਲੈ ਕੇ ਨਾ, ਬਿਜਲੀ ਬਿੱਲ ਉਹਨਾਂ 'ਚੋਂ ਘੱਟ ਕਰੇ ਨਾ, ਬਿਜਲੀ ਬਿੱਲ ਜਿਹੜੇ ਵੱਧਦੇ ਜਾਂਦੇ ਨੇ, ਗੈਸ ਦੇ ਬਿੱਲ ਵੱਧਦੇ ਜਾਂਦੇ ਨੇ, ਹਰ ਚੀਜ਼ ਰੇਟ ਵੱਧਦੇ ਜਾਂਦੇ, ਮੈਦਾ ਇਕੱਲਾ ਆਟਾ ਅਸੀਂ ਕੀ ਕਰਾਂਗੇ, ਬਾਕੀ ਕੋਈ ਸ਼ਾਇਦ ਨਹੀਂ ਜਾ ਮਹਿੰਗੀ ਸਸਤੀ ਹੋ ਜਾਏਗੀ, ਜਾਂ ਤਾਂ ਗੈਸ ਵੀ ਘੱਟ ਕਰਨ, ਬਿਜਲੀ ਦਾ ਬਿੱਲ ਵੀ ਘੱਟ ਕਰਨ, ਮਜ਼ਦੂਰਾਂ ਦਿਹਾੜੀ ਵੀ ਘੱਟ, ਫਿਰ ਜਾ ਕੇ ਸਾਡੇ ਖਰਚੇ ਪੂਰੇ ਹੁੰਦੇ ਆ, ਮੇਰੇ ਕੋਲ ਬਿੱਲ ਪਿਆ, ਤੁਸੀਂ ਬਿੱਲ ਦੇਖ ਸਕਦੇ ਹੈਗੇ ਜੇ, 75-75 ਸੌ ਰੁਪਇਆ, 74-74 ਸੌ ਰੁਪਇਆ ਬਿਜਲੀ ਆਪਣਾ ਮੈਦੇ ਆਟਾ ਹੈਗਾ। ਮੈਂ ਦੱਸੋ ਜਿਹੜਾ ਰੇਟ ਆ ਤੁਹਾਡੇ ਕੋਲ 75-75 ਸੌ 74-74 ਸੌ ਮੈਦੇ ਦੇ, ਤੁਹਾਡੇ ਕੋਲ ਆਟੇ ਦੇ ਰੇਟ ਨੇ, ਇਹ ਕਦੋਂ ਦਾ ਸਟਾਰਟ ਆ, ਯਾਨੀ ਰਮਜ਼ਾਨ 'ਚ ਕੀ ਤੁਹਾਨੂੰ ਰੇਟ ਮਿਲਦਾ ਰਿਹਾ, ਨਾਲੇ ਹੁਣ ਰੇਟ ਕੀ ਮਿਲ ਰਿਹਾ? ਰੋਜ਼ਿਆਂ ਵਿੱਚ ਸਾਨੂੰ ਮਿਲਦਾ ਰਿਹਾ ਜਨਾਬ 74-75 ਸੌ ਰੁਪਇਆ, ਹੁਣ ਸਾਨੂੰ 7,071 ਸੌ ਰੁਪਇਆ ਮਿਲਦਾ ਪਿਆ ਹੈਗਾ, ਮੈਂ ਗੱਟੂ ਵਿੱਚ 300 ਰੁਪਇਆ ਘੱਟ ਹੋਇਆ ਹੈਗਾ, ਉਹਦੇ 'ਚ ਅਸੀਂ ਕਿਹੜੀ ਕਿਹੜੀ ਚੀਜ਼ ਬੱਚਤ ਕਰਾਂਗੇ, ਹਰ ਚੀਜ਼ ਦੇ ਰੇਟ ਵੱਧਦੇ ਜਾਂਦੇ ਹੈਗੇ ਨਾ, ਕੋਈ ਚੀਜ਼ ਘੱਟ ਨਹੀਂ ਹੋਈ ਨਾ, ਸਿਰਫ ਆਟਾ ਘਟਾਉਣਾ, ਆਟਾ ਵੀ ਹੋ ਜਾਂਦਾ, ਮੇਲਿਆਂ ਨੂੰ ਕਦੀ ਨਹੀਂ ਫੜਦੇ ਹੈਗੇ, ਕਿਸੇ ਮੰਡੀ 'ਚ ਨਹੀਂ ਜਾਂਦੇ, ਸਾਡੇ ਗਰੀਬਾਂ ਨੂੰ ਆ ਕੇ ਕਹਿੰਦੇ ਤੁਸੀਂ ਰੇਟ ਘੱਟ ਕਰ ਦਿਓ, ਵੀ ਸਾਡੇ ਬਹੁਤੇ ਪੇਟ ਲੱਗੇ, ਉਹਨਾਂ ਦੇ ਪੇਟ ਕੋਈ ਨਹੀਂ ਲੱਗੇ ਹੈਗੇ, ਉਹ ਸਾਡੇ ਵੱਡੇ ਢਿੱਡਾਂ 'ਤੇ ਬੈਠੇ ਜਿਹਨਾਂ ਦੇ ਖਰਚੇ ਪੂਰੇ ਨਹੀਂ ਹੁੰਦੇ ਹੈਗੇ, ਅਸੀਂ ਗਰੀਬ ਆਦਮੀ ਰੋਜ਼ੀ ਤਾਜ਼ੀ ਕਮਾਉਂਦੇ, ਸਾਨੂੰ ਕੀ ਬਚਦਾ ਹੈਗਾ, ਸਾਡੇ ਕੋਲ ਸਰ ਜਿਹੜੀ ਚੀਜ਼ ਦਾ ਮਰਜ਼ੀ ਬਿੱਲ, ਗੈਸ ਦੇ ਬਿੱਲ, ਬੀਜ ਦੇ ਬਿੱਲ, ਕੋਈ ਵੀ ਕਿਸੇ ਕਿਸਮ ਦੇ, ਇਹ ਕਾਟਣ ਵਾਲਾ ਕੰਮ ਨਹੀਂ ਚੱਲਦਾ ਨਾ, ਘਿਓ ਹੈਗਾ, ਮੈਦਾ, ਹਰ ਚੀਜ਼ ਹੈਗੀ ਹੈ। 3 ਦਿਨ ਹੋ ਚੁੱਕੇ ਨੇ ਰੇਟ ਵਧੇ ਨੂੰ, ਨੋਟੀਫਿਕੇਸ਼ਨ ਵੀ ਜਾਰੀ ਹੋਇਆ ਤੁਹਾਡੇ ਸਾਹਮਣੇ, ਕੋਈ ਹਕੂਮਤੀ ਅਦਾਰਾ, ਕੋਈ ਨੁਮਾਇੰਦਾ, ਕੋਈ ਐਸਾ ਬੰਦਾ ਆਇਆ ਤੁਹਾਡੇ ਕੋਲ ਜਿਹਦੇ ਤੁਹਾਨੂੰ ਨੈਗੋਸ਼ੀਏਸ਼ਨ ਕੀਤੀ ਹੋਵੇ, ਤੁਹਾਨੂੰ ਰੇਟ ਵਾਲੇ ਗੱਲ ਗੱਪਸ਼ਪ ਕੀਤੀ ਹੋਵੇ ਕਿ ਦੱਸਿਆ ਹੋਵੇ, ਜਾਂ ਤੁਹਾਨੂੰ ਕਿਹਾ ਹੋਵੇ ਸਾਡੇ ਕੋਲ ਆਓ ਬੈਠੋ ਕਰਦੇ ਹਾਂ? ਸਾਡੇ ਕੋਲ ਕੋਈ ਫੋਨ ਸੋਨ ਨਹੀਂ ਆਇਆ ਹੈਗਾ, ਕੋਈ ਸਾਡੇ ਕੋਲ ਗੌਰਮੈਂਟ ਦਾ ਨੁਮਾਇੰਦਾ ਨਹੀਂ ਆਇਆ, ਕੋਈ ਬੰਦਾ ਨੂੰ ਪੁੱਛਣ ਵਾਲਾ ਹੈਗਾ, ਸਿਰਫ ਹਰ ਕੇ ਬਸ ਉਹ ਕਹਿ ਦਿੱਤਾ ਹੈਗਾ, ਕਿਸੇ ਸ਼ਾਇਦ ਅਮਲਦਾਰ ਨਹੀਂ ਹੋਇਆ ਹੈਗਾ।
ਨਾ ਕੋਈ ਸਟੇਟ ਆਇਆ, ਨਾ ਕੋਈ ਕਿਸੇ ਨਾਲ ਸਾਨੂੰ ਬੁਲਾਇਆ, ਨਾ ਕਦੇ ਡੀ ਸੀ ਕੋਲ ਗਿਆ। ਅੱਗੇ ਹਰ ਮੀਟਿੰਗ 'ਚ ਜਾਂਦੇ ਰਹੇ ਹੈਗੇ ਹਾਂ, ਬਿੱਲ ਵੀ ਲੈ ਕੇ ਜਾਂਦੇ ਰਹੇ ਹੈਗੇ, ਹਰ ਚੀਜ਼ ਲੈ ਕੇ। ਐਲਕੀ ਸਾਨੂੰ ਕਿਸੇ ਨੇ ਦੱਸਿਆ ਨਹੀਂ ਹੈਗਾ, ਕਿਸੇ ਨੂੰ ਫੜੀ ਜਾ ਰਹੇ ਨੇ, ਕੋਈ ਪਰਚਾ ਦੇ ਰਹੇ ਨੇ, ਕੋਈ ਕਿਸੇ ਨੂੰ ਦੋ ਦੋ ਹਜ਼ਾਰ ਰੁਪਏ ਪੰਜ ਹਜ਼ਾਰ ਰੁਪਏ ਜੁਰਮਾਨਾ ਕਰਦੇ ਪਏ ਹੈਗੇ ਨੇ, ਨਾ ਕੋਈ ਨੋਟੀਫਿਕੇਸ਼ਨ, ਨਾ ਕਰਨ ਬਾਤ ਸਮੇਂ ਮੈਂ ਗਰੀਬ ਆਦਮੀ ਤੱਕ ਰਗੜੀ ਜਾਂਦੇ ਨੇ। ਨਹੀਂ, ਨੋਟੀਫਿਕੇਸ਼ਨ ਤਾਂ ਜਾਰੀ ਹੋਇਆ ਨਾ, ਤੁਹਾਡਾ ਜਿਹੜਾ ਰੇਟ ਵਾਲਾ ਉਹ ਤਾਂ ਜਾਰੀ ਹੋਇਆ, ਅਤੇ ਮੁਲਤਾਨ 'ਚ ਕਾਰਵਾਈਆਂ ਵੀ ਹੋ ਰਹੀਆਂ, ਲੋਕਾਂ ਨੂੰ ਜਿਹੜਾ ਫੜਿਆ ਵੀ ਜਾ ਰਿਹਾ। ਕੱਲ੍ਹ ਵੀ ਜਿਹੜਾ 25-30 ਹਜ਼ਾਰ ਰੁਪਇਆ ਜੁਰਮਾਨਾ ਵੀ ਹੋਇਆ, 4-5 ਬੰਦੇ ਹਵਾਲਾਤ ਦੀ ਹਵਾ ਵੀ ਖਾ ਕੇ ਆਏ ਨੇ। ਕੀ ਸਮਝਦੇ ਹੋ ਤੁਸੀਂ, ਕੀ ਇਕਦਾਮਾਤ ਕਰ ਰਹੇ ਹੋ ਐਜ਼ ਆ ਨਾਇਬ ਸਦਰ ਜਿਹੜਾ ਆਲ ਮੁਲਤਾਨ ਨਾਨ ਐਸੋਸੀਏਸ਼ਨ ਦੇ ਹਵਾਲ ਨਾਲ? ਸਰ, ਸਾਡਾ ਇੱਕ ਤਾਂ ਸਦਰ ਸਾਹਿਬ ਕੋਈ ਨਹੀਂ ਹੈਗਾ, ਉਮਰੇ ਦੇ ਗਏ ਹੋਏ ਨੇ, ਉਹ ਆਉਣਗੇ ਫਿਰ ਸਾਡੀ ਮੀਟਿੰਗ ਹੋਏਗੀ ਇਨਸ਼ਾਅੱਲਾ ਤਾਲਾ, ਅਸੀਂ ਵੀ ਜਾਵਾਂਗੇ ਡੀ ਸੀ ਕੋਲ ਵੀ ਜਾਵਾਂਗੇ, ਨਹੀਂ ਕਿ ਸਾਡੀ ਗੱਲ ਸੁਣੇਗਾ, ਅਸੀਂ ਅਦਾਲਤ 'ਚ ਵੀ ਜਾਵਾਂਗੇ, ਅਸੀਂ ਆਪਣਾ ਹਰ ਚੀਜ਼ ਲੈ ਕੇ ਜਾਵਾਂਗੇ ਨਾਲ, ਅਪੀਲ ਵੀ ਦਾਇਰ ਕਰਾਂਗੇ। ਜਦੋਂ ਸਾਨੂੰ ਪੁੱਛਦੇ ਨਹੀਂ, ਦੱਸਦੇ ਨੇ, ਐਵੇਂ ਬੰਦੇ ਨੂੰ ਫੜ ਕੇ ਗਰੀਬ ਆਦਮੀ ਅੰਦਰ ਕਰ ਦਿੰਦੇ ਨੇ, ਕਦੀ ਕੋਈ ਮੇਲਾ ਨੇ ਅੰਦਰ ਕੀਤਾ ਜਾਂ ਕਿਸੇ ਮੰਡੀ ਵਾਲੇ ਅੰਦਰ ਕੀਤਾ, ਫਿਰ ਤਾਂ ਚਲੋ ਕਹੇਗਾ ਵੀ ਮੰਡੀਆਂ ਨੂੰ ਕਹਿੰਦਾ ਇਹਨਾਂ ਨੂੰ ਕੀਤਾ, ਸਾਡੇ ਗਰੀਬ ਆਦਮੀ ਨੂੰ ਫੜ ਕੇ ਲੈ ਜਾਂਦੇ ਨੇ ਬਸ। ਅਤੇ ਕੋਈ ਸਦਰ ਸਾਹਿਬ ਨਾਲ ਕੋਈ ਰਾਬਤਾ ਹੋਇਆ ਹੋਇਆ ਉੱਥੇ ਗਏ ਹੋਏ ਨੇ, ਕੋਈ ਰਾਬਤਾ ਹੋਇਆ ਤੁਹਾਡਾ? ਰਾਬਤਾ ਸਰ ਉਹਨਾਂ ਨੇ ਆਉਣਾ 26 ਤਰੀਕ ਨੂੰ, 26 ਤਰੀਕ ਤੋਂ ਬਾਅਦ ਜਿਹੜਾ ਹੋਏਗਾ ਅਲਮਲ ਹੋਏਗਾ ਸਰ, ਫਿਲਹਾਲ ਤਾਂ ਕੋਈ ਐਸੀ ਗੱਲ ਨਹੀਂ ਹੈਗੀ। ਕੋਈ ਉਹਨਾਂ ਨੇ ਇਕਦਾਮਾਤ, ਕੋਈ ਹਕਮਤ ਅਮਲੀ ਤੁਹਾਨੂੰ ਕਿਹਾ ਹੋਵੇ ਕਿ ਤੁਸੀਂ ਜਿਹੜਾ ਨਾ ਕੁਛ ਐਵੇਂ ਕਰੋ, ਅਤੇ ਕੋਈ ਕਈ ਗੱਲਬਾਤ ਹੋਈ ਉਹਨਾਂ ਨਾਲ ਤੁਹਾਡੀ? ਸਾਡੀ ਗੱਲਬਾਤ ਇਹ, ਉਹਨੇ ਕਿਹਾ ਜੀ ਤੁਸੀਂ ਜੋ ਕਰਨਾ ਕਰ ਲਵੋ, ਮੈਂ ਵੀ ਆ ਜਾਵਾਂਗਾ ਇਨਸ਼ਾਅੱਲਾ, ਫਿਰ ਬੈਠ ਕੇ ਸਾਰੀ ਮੀਟਿੰਗ ਕਰਾਂਗੇ, ਫਿਰ ਅਸੀਂ ਗੌਰਮੈਂਟ ਕੋਲ ਵੀ ਜਾਵਾਂਗੇ, ਡੀ ਸੀ ਸਾਹਿਬ ਕੋਲ ਵੀ ਜਾਵਾਂਗੇ, ਫਿਰ ਅਸੀਂ ਅੱਗੇ ਲੈ ਅਮਲ ਕਰਾਂਗੇ, ਜੋ ਪੂਰੇ ਪਾਕਿਸਤਾਨ 'ਚ ਹੋ ਜਾਏਗਾ ਅਮਲ ਅਸੀਂ ਮੁਲਤਾਨ ਵਾਲੇ ਵੀ ਕਰ ਲਾਂਗੇ। ਅੱਛਾ, ਅਗਰ ਤੁਹਾਡੇ ਜਿਹੜੇ ਰੇਟ ਜਿਹੜੇ ਨੇ ਉਹ ਤੁਹਾਡੇ ਮੁਤਾਬਿਕ ਨਹੀਂ ਹੁੰਦੇ, ਤੁਹਾਡਾ ਆਖਰੀ ਲਾਇ ਅਮਲ ਕੀ ਹੋਏਗਾ? ਆਖਰੀ ਵਾਲਾ ਅਮਲ ਇਹ ਹੋਏਗਾ ਕਿ ਦੁਕਾਨਾਂ ਬੰਦ ਹੋ ਜਾਣਗੀਆਂ, ਫਿਰ ਉਹ ਕੀ ਹੋਏਗਾ, ਹੋਰ ਕੁਛ ਹੀ ਨਹੀਂ ਹੋਏਗਾ। ਕਿ ਬਾਕੀ ਮੁਲਤਾਨ 'ਚ ਲੋਕ ਦੁਕਾਨਾਂ ਬੰਦ ਕਰਨਗੇ, ਮੈਨੂੰ ਨਹੀਂ ਲੱਗਦਾ ਲੋਕ ਦੁਕਾਨਾਂ ਬੰਦ ਕਰਨਗੇ। ਸਰ, ਜਦੋਂ ਇੱਕ ਚੀਜ਼ ਬੰਦਾ ਫੜ ਕੇ ਲੈ ਜਾਂਦੇ ਹੈਗੇ ਨੇ, ਨਜਾਇਜ਼ ਹੀ ਫੜ ਕੇ ਲੈ ਜਾਂਦੇ ਨੇ, ਇੱਕ ਬੰਦਾ ਨਾ ਦੇ 5,000 ਜੁਰਮਾਨਾ ਕਰ, 10,000 ਜੁਰਮਾਨਾ ਕਰ, ਤੁਹਾਨੂੰ ਅੰਦਰ ਜੇਲ੍ਹ, ਇਹ ਕਿਹੜਾ ਵੀ ਇੱਥੇ ਚੋਰੀਆਂ ਡਕੈਤੀਆਂ ਮਾਰਨ ਵੀ ਅੰਦਰ ਕਰ ਦਿੰਦੇ ਨੇ ਜੇ ਬੰਦਾ ਫੜ ਲੈਂਦੇ ਹੈਗੇ ਨੇ, ਇਹ ਬਹੁਤਾ ਜ਼ੁਲਮ ਕਰਦੇ ਪਏ ਹੈਗੇ ਨੇ, ਇਹਦੇ ਤਾਂ ਕੋਈ ਇਨਸਾਨੀਅਤ ਵਾਲੀ ਗੱਲ ਹੀ ਕੋਈ ਨਹੀਂ ਹੈਗੀ ਨਾ। ਇੱਕ ਬੰਦੇ ਨੂੰ ਫੜ ਕੇ ਅੰਦਰ ਕਰਦੇ, ਬੰਦਾ ਫੜ ਕੇ ਜੁਰਮਾਨਾ ਕਰ ਦਿੱਤਾ, ਕਦੀ ਨੋਟੀਫਿਕੇਸ਼ਨ ਨਹੀਂ ਕੀਤਾ, ਕੁਛ ਸਾਨੂੰ ਬੁਲਾਇਆ ਤਾਂ ਕਰਨੀ ਹੈਗਾ, ਅਸੀਂ ਵਾਸਤੇ ਕੀ ਕਰਾਂਗੇ ਉੱਥੇ? ਤੁਸੀਂ ਕੀ ਕਹਿੰਦੇ ਹੋ, ਤੁਹਾਡੇ ਮੁਤਾਬਿਕ ਰੇਟ ਕੀ ਹੋਣਾ ਚਾਹੀਦਾ? ਸਾਡੇ ਮੁਤਾਬਿਕ ਸਰ ਰੇਟ ਜਿਹੜਾ ਹੈਗਾ ਨਾ, ਸਾਡੇ ਕੋਲ 200-300 ਰੁਪਏ ਬਚਤ ਹੋਈ, ਬਾਕੀ ਤਾਂ ਕਿੰਨਾ ਗੈਸ ਦਾ ਹੋਇਆ, ਤੁਹਾਨੂੰ ਅੱਗੇ ਵੀ ਕਹਿੰਦੇ ਸੁਣਨਾ ਬਿਜਲੀ ਦਾ ਕਿਹਾ ਘੱਟ ਹੋਇਆ ਵਾ, ਹਰ ਜਾਂ ਤਾਂ ਹਰ ਚੀਜ਼ ਦਾ ਰੇਟ ਘੱਟ ਕਰਨ ਨਾ, ਅਸੀਂ ਵੀ ਰੇਟ ਫਿਰ 15 ਰੁਪਏ, ਉਹਨਾਂ ਨੇ 16 ਰੁਪਏ ਗਿਆ, 16 ਰੁਪਏ ਦੀ ਰੋਟੀ ਕੋਈ ਵੀ ਨਹੀਂ ਲੈ ਰਿਹਾ ਨਾ ਦਿੰਦਾ ਹੈਗਾ, 15 ਰੁਪਏ ਦੀ ਰੋਟੀ ਵੇਚਦੀ ਪਈ, ਫਿਰ 15 ਰੁਪਏ ਦੀ ਵੇਚ ਦਾਂਗੇ ਰੋਟੀ, ਫਿਰ ਨਾਨ ਜਿਹੜੇ ਹੈਗੇ ਨੇ 20 ਰੁਪਏ ਸਾਧਾ ਹੋ ਗਿਆ, 120 ਰੁਪਏ ਗ੍ਰਾਮ ਦਾ, ਅਸੀਂ ਫਿਰ 120 ਗ੍ਰਾਮ ਦਾ ਵੇਚ ਜਾਵਾਂਗੇ, 20 ਗ੍ਰਾਮ ਦਾ। ਯਾਨੀ ਅਗਰ ਉਹ ਤੁਹਾਡੇ ਨਾਲ ਨੈਗੋਸ਼ੀਏਸ਼ਨ ਕਰਦੇ, ਤੁਹਾਡਾ ਰੇਟ ਵਗੈਰਾ ਤੁਹਾਡੇ ਤੈਅ ਹੋ ਜਾਂਦਾ, ਤੁਸੀਂ ਉਹਨਾਂ ਦੇ ਮੁਤਾਬਿਕ ਰੇਟ ਵੇਚੋਗੇ? ਅਸੀਂ ਉਹਨਾਂ ਦੇ ਨਾਲ ਚੱਲਾਂਗੇ, ਅੱਗੇ ਵੀ ਗੌਰਮੈਂਟ ਚੱਲਦੇ ਪਏ, ਅੱਗੇ ਪੂਰੇ ਮੁਲਤਾਨ ਜਿਹੜਾ ਨਾ ਪੰਜਾਬ, ਪੂਰੇ ਪੰਜਾਬ ਨਾਲ ਮੁਲਤਾਨ ਦਾ ਰੇਟ ਘੱਟ ਰਿਹਾ, ਅੱਗੇ ਪੂਰੇ ਪੰਜਾਬ ਦੇ ਵਿੱਚ ਰੇਟ ਜਿਹੜਾ 25 ਰੁਪਏ ਸਾਦਾ ਵੇਚਦਾ, ਅਸੀਂ ਮੁਲਤਾਨ ਜਿਹੜਾ ਸਪੈਸ਼ਲ ਤੌਰ 'ਤੇ 20 ਰੁਪਏ ਦਾ ਵੇਚ ਰਹੇ ਹੈਗੇ ਹਾਂ, ਅਸੀਂ ਫਿਰ ਵੀ ਥੱਲੇ ਹੈਗੇ ਹਾਂ ਪੂਰੇ ਪੰਜਾਬ ਨਾਲੋਂ। ਅੱਛਾ, ਕੀ ਸਮਝਦੇ ਕਿਹੜਾ ਕਿਹੜਾ ਨਾਨ ਇਸ ਵਕਤ ਜਿਹੜਾ ਮਾਰਕੀਟ 'ਚ ਮਿਲ ਰਿਹਾ ਅਤੇ ਕੀ ਕੀਮਤ ਹੋ ਰਹੀ ਹੈ? ਮਾਰਕੀਟ ਮੁਖਤਲਿਫ ਨਾਨ ਹੈਗੇ ਨੇ, ਆਲੂ ਵਾਲਾ ਵੀ ਹੈ, ਕੀਮੇ ਵਾਲਾ ਵੀ ਹੈ, ਰੋਗਨੀ ਵੀ ਹੈ, ਨਾ ਹੋਰ ਵੀ ਨਾਨ ਹੈਗੇ ਨੇ, ਸਿਰਫ ਸਾਦਾ ਨਾਨ ਤਾਂ ਗੌਰਮੈਂਟ ਨੂੰ ਪਤਾ, ਬਾਕੀ ਕਿਸੇ ਸ਼ਾਇਦ ਨਾਲ ਪਤਾ, ਭਾਵੇਂ 100 ਰੁਪਏ ਦਾ ਨਾਨ ਵੇਚਦੇ ਪਏ ਨੇ ਹੋਟਲਾਂ ਵਾਲੇ, ਭਾਵੇਂ 50 ਦਾ ਵੇਚਦੇ, ਉਹਨਾਂ ਨੂੰ ਕੋਈ ਨਹੀਂ ਫੜਦਾ ਹੈਗਾ, ਜਿਹੜੇ ਛੋਟੇ ਗਰੀਬ ਆਦਮੀ ਨਾਨਾਂ ਵਾਲੇ ਨੇ ਉਹਨਾਂ ਨੂੰ ਫੜ ਲੈਂਦੇ ਨੇ ਆ ਕੇ, ਕਿਉਂਕਿ ਉੱਥੇ ਹਰ ਚੀਜ਼ ਨੂੰ ਮਿਲ ਜਾਂਦੀ, ਸਾਡੇ ਕੋਲ ਕੁਛ ਮਿਲਦਾ ਨਹੀਂ ਹੈਗਾ, ਉਹਨੇ 2,000 ਜੁਰਮਾਨਾ, 5,000 ਜੁਰਮਾਨਾ ਉਹਨੂੰ ਫੜ ਕੇ ਜੇਲ੍ਹ ਕਰ ਦਿੱਤਾ, ਚਲੋ ਇਹ ਕਿਹੜਾ ਬਈ, ਇਹ ਤਾਂ ਜਿਵੇਂ ਚੋਰੀਆਂ ਡਕੈਤੀਆਂ ਜਾਂ ਹੀਰੋਨ ਵੇਚਣ ਦੇ ਹੈਗੇ ਨੇ, ਲੋਕ ਇੱਥੇ ਬੈਠ ਕੇ ਜਲੰਧਰ ਕਰ ਦਿੰਦੇ ਹੈਗੇ ਨੇ। ਅੱਛਾ, ਹੁਣ ਤੁਹਾਡਾ ਆਖਰੀ ਲਾਹੇ ਮਲ ਕੀ ਹੋਏਗਾ, ਹੁਣ ਹਕੂਮਤ ਨੂੰ ਕੀ ਕਹਿਣਾ ਚਾਹੋਗੇ? ਅਸੀਂ ਤਾਂ ਇਹੀ ਕਹਾਂਗੇ ਜੀ, ਸੂਈ ਗੈਸ ਰੇਟ ਘੱਟ ਕਰਨ, ਬੀਜ ਦਾ ਰੇਟ ਘੱਟ ਕਰਨ, ਮੈਦੇ ਦਾ ਵੀ ਰੇਟ ਘੱਟ ਕਰਨ, ਫਿਰ ਜੋ ਕਹਿਣਗੇ ਅਸੀਂ ਵੀ ਮਨਜ਼ੂਰ ਕਰ ਲਾਂਗੇ। ਅਰੇ ਬਿਲਕੁਲ, ਜੈਸਾ ਕਿ ਆਪਨੇ ਜੋ ਹੈ ਵੋ ਨਾਇਬ ਸਦਰ ਆਲ ਮੁਲਤਾਨ ਨਾਨ ਐਸੋਸੀਏਸ਼ਨ ਕੀ ਬਾਤ ਸੁਣ ਕੇ ਕਹਿਣਾ ਥਾ, ਹਕੂਮਤ ਹਮਾਰੇ ਸਾਥ ਤਾਵੁਨ ਕਰੇ ਤੋ ਹਮ ਵੀ ਜੋ ਹੈ ਵੋ ਰੇਟ ਕਮ ਕਰ ਲੇਂਗੇ, ਆਪ ਕਿਆ ਰਾਏ ਰੱਖਤੇ ਹੈ ਇਸ ਵਾਲੇ ਸੇ, ਔਰ ਕਿਸ ਸਿਟੀ ਸੇ ਆਪ ਦੇਖ ਰਹੇ ਹੈ, ਆਪਕੀ ਸਿਟੀ ਮੇਂ ਨਾਨ ਕੀ ਕੀਮਤ ਕਿਆ ਹੈ, ਰੋਟੀ ਕੀ ਕੀਮਤ ਕਿਆ ਹੈ, ਲਾਜ਼ਮੀ ਹਮੇਂ ਬਤਾਈਏਗਾ। ਇਸੀ ਕੇ ਸਾਥ ਆਪਣੇ ਮੇਜ਼ਬਾਨ ਦਿਲਜੇਬ ਆਕਾਸ਼ ਕੋ ਇਜਾਜ਼ਤ ਦੀਜੀਏ, ਅੱਲਾ ਮੇਰਾ ਔਰ ਆਪ ਕਾ ਆਮਿਨ ਨਾਸਿਰ ਹੋ, ਖੁਦਾ ਹਾਫਿਜ਼।